ਇਹ ਸਾਰਾ ਕੁਝ ਦਿੱਲੀ ਪੁਲਿਸ ਨੂੰ ਪਹਿਲਾਂ ਤੋਂ ਪਤਾ ਸੀ ਮੁਕਦਮਾ ਵੀ ਪਹਿਲਾਂ ਤੋਂ ਦਰਜ ਸੀਗਾ ਲੇਕਿਨ ਦਿੱਲੀ ਪੁਲਿਸ ਨੇ ਜਾਣ ਬੁੱਝ ਕੇ ਇਹ ਕੰਮ ਕੀਤਾ ਹੈ ਤਾਂ ਕਿ ਕਿਸਾਨ ਸੰਘਰਸ਼ ਨਾਲ ਲੜੇ ਲੋਕਾਂ ਨੂੰ ਖੜੇ ਲੋਕਾਂ ਨੂੰ ਡਰਾਇਆ ਜਾ ਸਕੇ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਤੁਸੀਂ ਜ਼ਮਾਨਤ ਕਰਾਓਗੇ ਅਸੀਂ ਤੁਹਾਨੂੰ ਫਿਰ ਦੁਬਾਰਾ ਤੋਂ ਅਰੈਸਟ ਕਰ ਲਵਾਂਗੇ ਇਹ ਬਹੁਤ ਹੀ ਨਿੰਦਣਯੋਗ ਵੀ ਆ ਔਰ ਇਹ ਸੰਵਿਧਾਨ ਦੇ ਖਿਲਾਫ ਵੀ ਆ ਕਾਨੂੰਨ ਦੇ ਖਿਲਾਫ ਵੀ ਆ ਧੱਕਾ ਵੀ ਆ ਇਹ ਜ਼ਬਰਦਸਤ ਦਿੱਲੀ ਪੁਲਿਸ ਦਾ ਦੀਪ ਸਿੱਧੂ ਜੀ ਜਿਸ ਦੀ ਅੱਜ ਸਵੇਰੇ ਹੀ ਜ਼ਮਾਨਤ ਹੋਈ ਸੀ ਜਦੋਂ ਇਸ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਮਿਲਦੀ ਆ ਤੇ ਉਸ ਨੂੰ ਦੂਜੇ ਕੇਸ ਦੇ ਅੰਦਰ ਹੁਣੇ 2 ਘੰਟੇ ਪਹਿਲਾਂ ਅਰੈਸਟ ਪਾ ਲਈ ਗਈ ਦਿੱਲੀ ਪੁਲਿਸ ਤਿਆੜ ਜੇਲ੍ਹ 'ਚ ਜਾਂਦੀ ਆ ਔਰ ਇੱਕ ਐਫ ਆਈ ਆਰ ਨੰਬਰ 98/2021 ਜਿਹੜੀ ਕਿ ਏ ਐੱਸ ਆਈ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ਪਬਲਿਕ ਪ੍ਰੋਪਰਟੀ ਨੂੰ ਡੈਮੇਜ ਕਰਨ ਦਾ ਨੈਸ਼ਨਲ ਓਨਰ ਜਿਹੜਾ ਲਾਲ ਕਿਲ੍ਹਾ ਦਾ ਡੈਮੇਜ ਕਰਨ ਦਾ ਉਸ ਦੇ ਅੰਦਰ ਉਹਦੀ ਅਰੈਸਟ ਕਰ ਪਾ ਲਈ ਜਾਂਦੀ ਆ ਇਹ ਸਾਰਾ ਕੁਝ ਦਿੱਲੀ ਪੁਲਿਸ ਨੂੰ ਪਹਿਲਾਂ ਤੋਂ ਪਤਾ ਸੀ ਮੁਕੱਦਮਾ ਵੀ ਪਹਿਲਾਂ ਤੋਂ ਦਰਜ ਸੀਗਾ ਲੇਕਿਨ ਦਿੱਲੀ ਪੁਲਿਸ ਨੇ ਜਾਣ ਬੁੱਝ ਕੇ ਇਹ ਕੰਮ ਕੀਤਾ ਹੈ ਤਾਂ ਕਿ ਕਿਸਾਨ ਸੰਘਰਸ਼ ਨਾਲ ਲੜੇ ਲੋਕਾਂ ਨੂੰ ਖੜੇ ਲੋਕਾਂ ਨੂੰ ਡਰਾਇਆ ਜਾ ਸਕੇ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਤੁਸੀਂ ਜ਼ਮਾਨਤ ਕਰਾਓਗੇ ਅਸੀਂ ਤੁਹਾਨੂੰ ਫਿਰ ਦੁਬਾਰਾ ਤੋਂ ਅਰੈਸਟ ਕਰ ਲਵਾਂਗੇ ਇਹ ਬਹੁਤ ਹੀ ਨਿੰਦਣਯੋਗ ਵੀ ਆ ਔਰ ਇਹ ਸੰਵਿਧਾਨ ਦੇ ਖਿਲਾਫ ਵੀ ਆ ਕਾਨੂੰਨ ਦੇ ਖਿਲਾਫ ਵੀ ਆ ਧੱਕਾ ਵੀ ਆ ਇਹ ਜ਼ਬਰਦਸਤ ਦਿੱਲੀ ਪੁਲਿਸ ਦਾ ਜਿਸ ਨੂੰ ਕਿਸੇ ਵੀ ਸੂਰਤ ਅੰਦਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਹਾਂ ਕਿਉਂਕਿ ਸਾਰੇ ਲੋਕਾਂ ਦੇ ਇੱਕਦਮ ਪੈਨਿਕ ਮੋਡ 'ਚ ਫੋਨ ਆਉਣ ਲੱਗ ਪਏ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਇਸ ਕੇਸ ਅੰਦਰ ਵੀ ਅਗਲੇ 3 ਦਿਨਾਂ 'ਚ ਜ਼ਮਾਨਤ ਕਰਾਵਾਂਗੇ ਸਰਕਾਰ ਨੇ ਅੱਗੇ ਵੀ ਬੜੇ ਧੱਕੇ ਕੀਤੇ ਨੇ ਜਿਹੜੇ 150 ਲੋਕ ਅੰਦਰ ਬੰਦ ਕੀਤੇ ਸੀਗੇ 155 ਲੋਕਾਂ ਨੂੰ ਹੁਣ ਤੱਕ ਬਾਹਰ ਕਢਾ ਚੁੱਕੇ ਹਾਂ 100 ਲੋਕਾਂ ਤੋਂ ਜ਼ਿਆਦਾ ਜ਼ਮਾਨਤਾਂ ਜਿਹੜੀਆਂ ਉਹ ਐਂਟੀਸਪੇਟਰੀ ਅਸੀਂ ਕਰਾ ਚੁੱਕੇ ਹਾਂ ਕਿਸੇ ਸੂਰਤ ਅੰਦਰ ਵੀ ਇਹ ਜੋ ਇਹਨਾਂ ਨੇ ਮੁਕੱਦਮਾ ਦਰਜ ਕਰਾਇਆ ਹੈ ਕੀਤਾ ਹੈ ਜਿਸ 'ਚ ਅਰੈਸਟ ਪਾਈ ਆ ਅਗਲੇ ਹਫ਼ਤੇ 'ਚ ਅਸੀਂ ਜ਼ਮਾਨਤ ਕਰਾਵਾਂਗੇ ਔਰ ਪੁਲਿਸ ਨੂੰ ਇਹਦਾ ਜਵਾਬ ਦੇਵਾਂਗੇ ਲੇਕਿਨ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜੋ ਪੁਲਿਸ ਧੱਕਾ ਕਰਦੀ ਪਈ ਹੈ ਇਹ ਨਜਾਇਜ਼ ਆ ਸਰਕਾਰਾਂ ਦੇ ਹਲਕਾ 'ਚ ਰਹਿ ਕੇ ਧੱਕੇ ਨਹੀਂ ਕਰਨੇ ਚਾਹੀਦੇ ਤੁਸੀਂ ਜਾਤੀ ਕਰਦੇ ਪਏ ਜੇ ਔਰ ਇਹ ਜਾਤੀ ਜਿਹੜੀ ਆ ਅਸੀਂ ਕੋਟਾ ਕਚਹਿਰੇ 'ਚ ਲਿਜਾ ਕੇ ਤਾਂ ਪੁਰਜ਼ੋਰ ਜਵਾਬ ਦੇਵਾਂਗੇ ਮਕੂਲ ਜਵਾਬ ਦੇਵਾਂਗੇ ਔਰ ਪੁਲਿਸ ਨੂੰ ਇਹਦੀ ਜਵਾਬ ਦੇ ਕੋਟਾ 'ਚ ਦੇਣੀ ਪਊਗੀ ਹਾਈ ਕੋਟਾ 'ਚ ਰਿਟ ਪਾ ਕੇ ਅਸੀਂ ਇਹਦਾ ਜਵਾਬ ਮੰਗਾਂਗੇ ਜੋ ਪੁਲਿਸ ਸਾਡੇ ਇਸ ਵੇਲੇ ਧੱਕਾ ਕਰਦੀ ਪਈ ਆ ਇਸ ਕਰਕੇ ਹਰ ਸੂਰਤ ਅੰਦਰ ਦੀਪ ਸਿੱਧੂ ਬਾਹਰ ਆਊਗਾ ਔਰ ਅਗਲੇ ਹਫ਼ਤੇ 'ਚ ਬਾਹਰ ਆਊਗਾ।